ਹੈਲੋ ਐਵਰੀਵਨ, ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਮਿਸਟਰ ਐਂਡ ਮਿਸਿਸ ਬਾਵਾ ਦੇ ਨਾਲ। ਸੁਣਨ 'ਚ ਆਇਆ ਕਿ ਮਿਸਿਸ ਬਾਵਾ ਨੇ ਸੁਸਾਈਡ ਕਰ ਲਿਆ ਅਤੇ ਇਹਦੀ ਚਰਚਾ ਵੀ ਕਾਫੀ ਹੋ ਰਹੀ ਆ ਸੋਸ਼ਲ ਮੀਡੀਆ 'ਤੇ। ਸੋ ਮੈਂ ਬਿਜ਼ੀ ਸੀ, ਮੇਰੇ ਤੋਂ ਇਹ ਵਲੋਗਸ ਨਹੀਂ ਦੇਖੇ ਗਏ ਅਤੇ ਅੱਜ ਮੈਂ ਤੁਹਾਡੇ ਨਾਲ ਇਹ ਵਲੋਗਸ ਦੇਖੂੰਗੀ ਅਤੇ ਵੇਖਦੇ ਹਾਂ ਕਿ ਕੀ ਬਣਦਾ ਮਿਸਿਸ ਬਾਵਾ ਦੇ ਨਾਲ। ਬਾਕੀ ਜੇ ਸੱਚੀ ਸੁਸਾਈਡ ਕਰ ਲਿਆ ਹੁੰਦਾ ਫਿਰ ਇਹ ਵਲੋਗ ਤਾਂ ਨਹੀਂ ਸੀ ਆਉਣੇ, ਜੇ ਵਲੋਗ ਆ ਗਿਆ ਮਤਲਬ ਇਹ ਇੱਕ ਡਰਾਮਾ ਹੀ ਸੀ। ਇਹ ਸਾਰਾ ਕੁਝ ਉਹ ਕਰਦੇ ਹੀ ਰਹਿੰਦੇ ਆ ਵਿਊਜ਼ ਦੀ ਖਾਤਰ। ਬਾਕੀ ਆਪਾਂ ਤੁਹਾਡੇ ਨਾਲ ਦੇਖਦੇ ਹਾਂ ਕਿ ਕੀ ਬਣਦਾ ਅੱਗੇ, ਪਰ ਉਸ ਤੋਂ ਪਹਿਲਾਂ ਤੁਸੀਂ ਸਾਰੇ ਕਿਵੇਂ ਹੋ ਆਪਣੀ ਖੈਰ ਸੁੱਖ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਆ ਕਰੋ, ਕਿਉਂਕਿ ਮੈਂ ਤਾਂ ਇਹੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਬਾਕੀ ਤੁਹਾਡੇ ਕੀ ਹਾਲ ਨੇ ਉਹ ਤਾਂ ਕਮੈਂਟ ਸੈਕਸ਼ਨ ਤੋਂ ਹੀ ਪਤਾ ਚੱਲੂਗਾ। ਸਭ ਤੋਂ ਪਹਿਲਾਂ ਟਾਈਟਲ ਚੈੱਕ ਕਰਦੇ ਹਾਂ। ਟਾਈਟਲ ਦੇ ਵਿੱਚ ਲਿਖਿਆ ਹੋਇਆ, ਮੈਂ ਸੁਸਾਈਡ ਕਮਿਟ ਕਰਦੀ ਹਾਂ, ਲਾਈਵ ਹੋਊਗਾ, ਮਿਸਟਰ ਬਾਵਾ ਐਂਡ ਡੈਸ਼ ਡੈਸ਼ ਜ਼ਿੰਮੇਵਾਰ। ਇਹਨੇ ਤਾਂ ਟਾਈਟਲ ਹੀ ਬੜਾ ਖਤਰਨਾਕ ਲਿਖਿਆ। ਵੈਸੇ ਜਿਹਨੇ ਮਰਨਾ ਹੋਵੇ ਨਾ ਉਹ ਇੱਦਾਂ ਆ ਕੇ ਸੋਸ਼ਲ ਮੀਡੀਆ 'ਤੇ ਧਮਕੀਆਂ ਨਹੀਂ ਦਿੰਦਾ, ਜਿਹਨੇ ਕੁਛ ਕਰਨਾ ਹੁੰਦਾ ਉਹ ਕਰ ਹੀ ਲੈਂਦਾ। ਬਾਕੀ ਜਿਹੜਾ ਸੁਸਾਈਡ ਨੋਟ ਵਾਲਾ ਵਲੋਗ ਆ ਉਹ ਇੱਕ ਦਿਨ ਪਹਿਲਾਂ ਆਇਆ, ਜਿਹੜਾ ਸੁਸਾਈਡ ਵਾਲਾ ਵਲੋਗ ਆ ਉਹ ਇੱਕ ਦਿਨ ਬਾਅਦ ਆਇਆ। ਇਹਦੇ ਤੋਂ ਲੋਕਾਂ ਨੂੰ ਤਾਂ ਜਮਾਂ ਪਤਾ ਨਹੀਂ ਚੱਲਦਾ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਪਏ ਹੋ, ਹੈ ਨਾ। ਚਲੋ ਵੀਡੀਓ ਪਲੇ ਕਰਦੇ ਹਾਂ। ਵੀਡੀਓ 'ਚ ਕੀ ਲਿਖਿਆ ਹੋਇਆ ਸਾਰੇ ਇਹ ਵੀਡੀਓ ਲਾਸਟ ਤੱਕ ਦੇਖੋ, ਇਹ ਵੀਡੀਓ ਮੇਰੀ ਲਾਸਟ ਵੀਡੀਓ ਹੋ ਸਕਦੀ ਹੈ, ਮੈਂ ਆਪਣੀ ਲਾਈਫ ਖਤਮ ਕਰਨ ਲੱਗੀ। ਅੱਛਾ, ਮਰਦੀ ਮਰਦੀ ਵੀ ਇਹ ਅਪੀਲ ਕਰਦੀ ਹੈ ਕਿ ਵੀਡੀਓ ਸਾਰੀ ਦੇਖ ਲਿਓ, ਜੇ ਕੁਛ ਨਾ ਕੁਛ ਚਾਰ ਛਿੱਲੜ ਤਾਂ ਆਉਣਗੇ ਹੀ। ਬਾਕੀ ਜਿਨ੍ਹਾਂ ਨੇ ਸੱਚੀ ਸੁਸਾਈਡ ਕਰਨਾ ਹੁੰਦਾ ਨਾ ਉਹ ਵੀਡੀਓ ਨਹੀਂ ਪਾਉਂਦੇ, ਇਹ ਤਾਂ ਹੁਣ ਜਿੰਨੇ ਮਰਜ਼ੀ ਸੀਰੀਅਸ ਹੋ ਜਾਣ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਮਜ਼ਾਕ ਹੀ ਲੱਗਦੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਸਾਰੇ ਜਿਹੜੇ ਬਹੁਤ ਵਧੀਆ ਹੋਵੋਗੇ। ਓ ਮਿਸਿਸ ਬਾਵਾ ਤਾਂ ਰੋਈ ਜਾਂਦੀ ਆ, ਰੋਂਦੀ ਰੋਂਦੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ। ਅਤੇ ਅੱਜ ਤੋਂ ਇਹ ਮਤਲਬ ਚੈਨਲ ਜਿਹੜਾ ਹੈਗਾ ਆ ਸਿਰਫ ਤੁਹਾਨੂੰ ਮਿਸਟਰ ਬਾਵਾ ਅਤੇ ਉਹਨਾਂ ਦੀ ਮਤਲਬ ਸਾਡੀ ਡੋਟਰ ਕਿਥਲੀਨ ਕੌਰ ਜਾਂ ਫਿਰ ਫੈਮਿਲੀ ਮੈਂਬਰਸ ਦੇਖਣ ਨੂੰ ਮਿਲੂਗੇ, ਕਿਉਂਕਿ ਮੈਂ ਇਸ ਸਾਰੀ ਮਤਲਬ ਸੋਸ਼ਲ ਮੀਡੀਆ ਤੋਂ ਆਪਣੀ ਲਾਈਫ ਤੋਂ ਮੈਂ ਸਾਰੀਆਂ ਚੀਜ਼ਾਂ ਤੋਂ ਮਤਲਬ ਤੰਗ ਆ ਚੁੱਕੀ ਹਾਂ ਅਤੇ ਮੈਂ ਸਾਰਾ ਕੁਛ ਮਤਲਬ ਬੰਦ ਕਰ ਦੇਣਾ ਚਾਹੁੰਦੀ ਹਾਂ। ਅੱਛਾ ਠੀਕ ਹੈ, ਤੂੰ ਸੋਸ਼ਲ ਮੀਡੀਆ ਤੋਂ ਤੰਗ ਆ ਚੁੱਕੀ ਆ, ਤੂੰ ਆਪਣੀ ਲਾਈਫ ਤੋਂ ਵੀ ਤੰਗ ਆ ਚੁੱਕੀ ਆ। ਤੂੰ ਪਤਾ ਆਪਣੀ ਲਾਈਫ ਤੋਂ ਕਿਉਂ ਤੰਗ ਆ ਚੁੱਕੀ ਆ? ਤੂੰ ਸੋਸ਼ਲ ਮੀਡੀਆ ਕਰਕੇ ਹੀ ਆਪਣੀ ਲਾਈਫ ਤੋਂ ਤੰਗ ਆਈ ਆ, ਤੇ ਮਰਨ ਦੀ ਕੀ ਲੋੜ ਆ? ਸੋਸ਼ਲ ਮੀਡੀਆ ਬੰਦ ਕਰ ਦੇ ਜੇ ਤੂੰ ਸੋਸ਼ਲ ਮੀਡੀਆ ਤੋਂ ਤੰਗ ਆ ਤਾਂ। ਬਾਕੀ ਮੈਨੂੰ ਲੱਗਦਾ ਨਹੀਂ ਕਿ ਤੂੰ ਸੋਸ਼ਲ ਮੀਡੀਆ ਤੋਂ ਤੰਗ ਆ, ਸੋਸ਼ਲ ਮੀਡੀਆ ਕਰਕੇ ਤਾਂ ਘਰ ਬਾਰ ਬਣਾਈ ਬੈਠੇ ਆ। ਸੋ ਸੋਸ਼ਲ ਮੀਡੀਆ ਤੋਂ ਕਮਾਈ ਕਰਦੇ ਆ, ਤਾਂ ਸੋਸ਼ਲ ਮੀਡੀਆ ਨੂੰ ਬੁਰਾ ਕਹਿਣਾ ਤਾਂ ਬੰਦ ਹੀ ਕਰ ਦਿਓ। ਬੰਦ ਨਹੀਂ ਮਤਲਬ ਤੁਸੀਂ ਸਾਰਿਆਂ ਨੇ ਟਾਈਟਲ ਤੇ ਥੰਬਨੇਲ ਤੋਂ ਪੜ੍ਹ ਹੀ ਲਿਆ ਹੋਊਗਾ ਕਿ ਮੈਂ ਸੋਚਦੀ ਪਈ ਕਿ ਮੈਂ ਖਤਮ ਹੋ ਜਾਵਾਂ, ਮੈਂ ਸੁਸਾਈਡ ਅਟੈਂਪਟ ਕਰ ਲਵਾਂ, ਕਿਉਂਕਿ ਮੈਂ ਬਹੁਤ ਬਹੁਤ ਜ਼ਿਆਦਾ ਡਿਪਰੈਸਡ ਹਾਂ, ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਾਂ, ਮੈਂ ਥੱਕ ਚੁੱਕੀ ਹਾਂ ਸਾਰੀਆਂ ਚੀਜ਼ਾਂ ਤੋਂ। ਯਾਰ ਵੈਸੇ ਬੋਲਦੀ ਤਾਂ ਜਮਾਂ ਉਵੇਂ ਹੀ ਆ, ਹੈ ਨਾ, ਕਿ ਬੰਦਾ ਸੱਚੀ ਡਿਪਰੈਸ਼ਨ ਦੇ ਵਿੱਚ ਹੁੰਦਾ, ਜਿਵੇਂ ਐਕਟਿੰਗ ਕਾਫੀ ਘੈਂਟ ਆ, ਪਰ ਨਾ ਰੋਣ ਆ ਨਹੀਂ ਰਿਹਾ, ਮੂੰਹ ਤੇ ਹੱਥ ਰੱਖ ਲਿਆ। ਮੈਨੂੰ ਸਮਝ ਨਹੀਂ ਆਉਂਦਾ ਪਿਆ ਕਿ ਮੈਨੂੰ ਇਹ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਨਹੀਂ ਬਣਾਉਣੀ ਚਾਹੀਦੀ, ਔਰ ਮੈਨੂੰ ਕੁਝ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ। ਸਮਝ ਤਾਂ ਤੈਨੂੰ ਸਾਰਾ ਕੁਝ ਆਉਂਦਾ, ਪਹਿਲਾਂ ਤੂੰ ਸਮਝ ਕੇ ਵੀਡੀਓ ਬਣਾਉਣ ਬੈਠੀ ਆ, ਬਾਕੀ ਬੋਲਣਾ ਤਾਂ ਹੁਣ ਤੈਨੂੰ ਪਊਗਾ ਹੀ। ਜੇ ਤੂੰ ਬੋਲਣਾ ਨਹੀਂ ਤਾਂ ਅਸੀਂ ਤੈਨੂੰ ਗੂੰਗੀ ਨੂੰ ਥੋੜੀ ਦੇਖੀ ਜਾਵਾਂਗੇ। ਤੇ ਨਾ ਹੀ ਮੈਨੂੰ ਕੁਝ ਸਮਝ ਆ ਰਿਹਾ ਕਿ ਮੈਂ ਕੀ ਬੋਲਾਂ, ਸਕ੍ਰਿਪਟ ਲਿਖ ਕੇ ਵੀ ਨਹੀਂ ਸਮਝ ਆਉਂਦਾ ਕਿ ਕੀ ਬੋਲੇ। ਫਿਰ ਵੀ ਮੈਂ ਆਪਣੀ ਗੱਲ ਜ਼ਰੂਰ ਦੱਸੂਗੀ ਕਿ ਹਾਂ ਇਹਦਾ ਰੀਜ਼ਨ ਕੀ ਆ। ਮੇਨ ਰੀਜ਼ਨ ਇਹਦਾ ਇਹੀ ਆ ਕਿ ਜੇ ਮੈਂ ਵੀਡੀਓਜ਼ ਬਣਾਉਂਦੀ ਹਾਂ ਤਾਂ ਮੈਨੂੰ ਦੁਨੀਆ ਪਰੇਸ਼ਾਨ ਕਰਦੀ ਹੈ ਕਿ ਤੂੰ ਇੱਦਾਂ ਗਲਤ 'ਚ ਸਾਥ ਦਿੰਦੀ ਹੈ। ਜਦੋਂ ਆਪਾਂ ਵਧੀਆ ਵੀ ਵੀਡੀਓਜ਼ ਬਣਾਉਂਦੇ ਸੀਗੇ ਉਦੋਂ ਵੀ ਮਤਲਬ ਕਦੀ ਕੋਈ ਕੱਚਾ ਚਿੱਟਾ ਚੁੱਕ ਕੇ ਆ ਜਾਂਦਾ ਸੀ, ਕਦੀ ਕੋਈ ਕੱਚਾ ਚਿੱਟਾ ਚੁੱਕ ਕੇ ਆ ਜਾਂਦਾ ਸੀ। ਕਿਆ ਕਹਿਣਾ ਕਹਿਣਾ ਕਿਆ ਚਾਹ ਰਹੇ ਹੈ ਭਾਈ ਆਪ? ਅਸੀਂ ਕਦੀ ਕਿਸੇ ਨਾਲ ਮਤਲਬ
ਫਾਲਤੂ ਮਤਲਬ ਗੱਲ ਨਹੀਂ ਕਰਦੇ ਹੈਗੇ, ਨਾ ਹੀ ਅਸੀਂ ਫਾਲਤੂ ਕਿਸੇ ਨੂੰ ਮਤਲਬ ਉਦੋਂ ਵੀ ਕੁਛ ਕਹਿੰਦੇ ਸੀਗੇ। ਐਕਚੁਅਲ ਦੇ ਵਿੱਚ ਦੇਖੋ ਹੈ ਨਾ, ਤੁਸੀਂ ਖੁਦ ਇਹ ਚਾਹੁੰਦੇ ਹੋ ਕਿ ਸਾਨੂੰ ਰੋਸਟ ਕੀਤਾ ਜਾਵੇ, ਕਿਉਂਕਿ ਇਹਦੇ ਵਿੱਚ ਹੀ ਹੈ ਨਾ ਤੁਹਾਡੀ ਵੀ ਪਾਪੂਲੈਰਿਟੀ ਆ, ਪਲੱਸ ਰੋਸਟਰਸ ਦੀ ਵੀ ਪਾਪੂਲੈਰਿਟੀ ਆ। ਬਾਕੀ ਹੁਣ ਜਿੱਦਾਂ ਦੀਆਂ ਤੁਹਾਡੀਆਂ ਵੀਡੀਓਜ਼ ਆ, ਇਹ ਤੁਹਾਨੂੰ ਵੀ ਪਤਾ ਕਿ ਇਹ ਰੋਸਟ ਕਰਨ ਵਾਲੀਆਂ ਹੀ ਆ, ਸੋ ਜਿੱਦਾਂ ਦਾ ਕੰਟੈਂਟ ਹੋਊਗਾ ਉਸੇ ਤਰੀਕੇ ਨਾਲ ਉਹਦੇ 'ਤੇ ਰਿਐਕਟ ਕੀਤਾ ਜਾਊਗਾ ਨਾ। ਅਤੇ ਉਸ ਤੋਂ ਪਹਿਲਾਂ ਵੀ ਮਤਲਬ ਚਲੋ ਜਦੋਂ ਮੇਰੀ ਮੈਰਿਜ ਦੀ ਗੱਲ ਹੋਈ ਸੀਗੀ ਉਦੋਂ ਵੀ ਸਾਨੂੰ ਇਹੀ ਸੀਗਾ ਕਿ ਚਲੋ ਗੁਰਲਾਲ ਮਤਲਬ ਦੁਬਈ ਜਾਊਗਾ ਹੈ ਨਾ, ਹਾਂ ਅਰਨ ਕਰੂਗਾ, ਚਲੋ ਸਾਡੀ ਘਰ ਦੀ ਸਿਚੁਏਸ਼ਨ ਸਹੀ ਨਹੀਂ ਸੀਗੀ, ਅੱਛਾ ਉਹਦੇ ਕਰਕੇ ਮਤਲਬ ਸਾਨੂੰ ਅਲੱਗ ਹੋਣਾ ਪਿਆ, ਸਾਰਾ ਕੁਛ ਹੋਇਆ ਹੈ ਨਾ, ਉਸ ਤੋਂ ਪਹਿਲਾਂ ਵੀ ਸਹੀ ਨਹੀਂ ਸੀਗੀ, ਤਾਂ ਕਰਕੇ ਮਤਲਬ ਚਲੋ ਮੇਰੀ ਜੋ ਕਿਰਤ ਹੋਣ ਵਾਲੀ ਸੀ ਇਹਨਾਂ ਨੂੰ ਵਾਪਸ ਆਉਣਾ ਪਿਆ ਮੇਰੀ ਹੈਲਪ ਦੇ ਲਈ, ਉਸ ਤੋਂ ਬਾਅਦ ਸਾਡਾ ਨਹੀਂ ਸਬੱਬ ਬਣਿਆ ਤੇ ਸਾਡਾ ਚਲੋ ਇਧਰੋਂ ਵਧੀਆ ਹੋਣ ਲੱਗ ਗਿਆ ਤੇ ਅਸੀਂ ਸੋਚਿਆ ਕਿ ਚਲੋ ਇਹਨੂੰ ਹੀ ਕੰਟੀਨਿਊ ਕਰਦੇ ਆ। ਚਲੋ ਇਹ ਤਾਂ ਕਿਸਮਤ ਦੀਆਂ ਗੱਲਾਂ, ਦੁਬਾਰਾ ਸਬੱਬ ਬਣਿਆ ਨਹੀਂ ਬਣਿਆ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਹੈ ਨਾ, ਬਟ ਜੋ ਤੁਸੀਂ ਕਰ ਰਹੇ ਹੋ ਐਟਲੀਸਟ ਉਹਦੇ ਵਿੱਚ ਆਪਣੀ ਟਰੂ ਸਾਈਡ ਤਾਂ ਪੇਸ਼ ਕਰੋ ਹੈ ਨਾ। ਆਏ ਦਿਨ ਕੋਈ ਨਾ ਕੋਈ ਨਵਾਂ ਪੰਗਾ ਪਾਇਆ ਹੁੰਦਾ, ਕੋਈ ਨਾ ਕੋਈ ਨਵਾਂ ਨਾਟਕ ਹੁੰਦਾ, ਸੋ ਲੋਕਾਂ ਨੂੰ ਨਾ ਤੁਹਾਡੇ 'ਤੇ ਬਿਲੀਵ ਹੋਣੋ ਹੀ ਹਟ ਗਿਆ। ਇੱਕ ਕਹਾਵਤ ਸੀ ਨਾ, ਸ਼ੇਰ ਆਇਆ ਅਤੇ ਇੱਕ ਦਿਨ ਸੱਚੀ ਆ ਗਿਆ, ਉਸੇ ਤਰੀਕੇ ਨਾਲ ਤੁਸੀਂ ਤਾਂ ਪ੍ਰੈਂਕ ਪ੍ਰੈਂਕ ਖੇਡ ਰਹੇ ਹੋ, ਬਟ ਰੱਬ ਨਾ ਕਰੇ ਜੇ ਕੋਈ ਗੱਲ ਸੱਚ ਹੋ ਜੇ ਤਾਂ ਫਿਰ ਲੋਕਾਂ ਨੇ ਤੁਹਾਡੇ 'ਤੇ ਨਾ ਫਿਰ ਵੀ ਯਕੀਨ ਨਹੀਂ ਕਰਨਾ। ਇਸ ਤੋਂ ਚੰਗਾ ਕਿ ਤੁਸੀਂ ਆਪਣੇ ਲਈ ਕੁਛ ਚੰਗਾ ਬੋਲੋ, ਹੋ ਸਕਦਾ ਪੋਜ਼ਿਟਿਵਿਟੀ ਦੇ ਨਾਲ ਤੁਹਾਡੀ ਲਾਈਫ ਦੇ ਵਿੱਚ ਵੀ ਪੋਜ਼ਿਟਿਵਿਟੀ ਆ ਜਾਏ, ਕਿਉਂਕਿ ਕਹਿੰਦੇ ਆ ਨਾ ਨੇਚਰ ਕੈਨ ਲਿਸਨ ਆਰ ਵਰਡਸ ਐਂਡ ਐਕਟ ਲਾਈਕ ਦੈਟ। ਜੇ ਨੇਚਰ ਆਪਾਂ ਨੂੰ ਸੁਣਦਾ ਤਾਂ ਐਟਲੀਸਟ ਆਪਾਂ ਆਪਣੇ ਬਾਰੇ ਚੰਗੀਆਂ ਗੱਲਾਂ ਕਰੀਏ, ਬਟ ਤੁਸੀਂ ਸਾਰਾ ਦਿਨ ਮਰਨ ਮਰਾਉਣ ਦੀਆਂ ਗੱਲਾਂ, ਸਾਡਾ ਆਹ ਸੜ ਗਿਆ, ਫੇਸ ਸੜ ਗਿਆ, ਕੁਝ ਹੋਇਆ ਹੋਰ ਹੁੰਦਾ, ਸ਼ੋਅ ਕੁਝ ਹੋਰ ਕਰਦੇ ਹੋ, ਫਿਰ ਇਹ ਚੀਜ਼ ਤਾਂ ਫੇਅਰ ਨਹੀਂ ਹੈਗੀ ਨਾ। ਤੇ ਚਲੋ ਮੈਂ ਇਹਦੇ ਵਿੱਚ ਨੰਨੇ ਦਾ ਪੂਰਾ ਸਾਥ ਦਿੱਤਾ, ਬਟ ਸੰਦੀਪ ਨੇ ਵੀ ਮੇਰਾ ਕਿਤੇ ਸਾਥ ਨਹੀਂ ਦਿੱਤਾ ਅੱਜ ਤੱਕ, ਜਦੋਂ ਕਿਰਤ ਹੋਈ ਉਦੋਂ ਵੀ ਨਹੀਂ ਦਿੱਤਾ, ਉਸ ਤੋਂ ਬਾਅਦ ਵੀ ਹੁਣ ਵੀ ਹੈ ਨਾ ਮੈਨੂੰ ਟੋਰਚਰ ਹੀ ਕਰਦਾ ਰਹਿੰਦਾ ਆ। ਨਾਲੇ ਕਹਿੰਦੀ ਹੈ ਕਿ ਸੰਦੀਪ ਜਦੋਂ ਕਿਰਤ ਹੋਣ ਵਾਲੀ ਸੀ ਤਾਂ ਦੁਬਈ ਤੋਂ ਵਾਪਸ ਆ ਗਿਆ ਸੀ ਮੇਰੀ ਹੈਲਪ ਕਰਨ ਦੇ ਲਈ, ਤੇ ਨਾਲੇ ਕਹਿ ਰਹੀ ਹੈ ਕਿ ਮੇਰਾ ਸਾਥ ਨਹੀਂ। ਸੋਸ਼ਲ ਮੀਡੀਆ ਦੇ ਚੱਕਰ ਦੇ ਵਿੱਚ ਨਾ ਬਹੁਤ ਚੀਜ਼ਾਂ ਝੂਠ ਬੋਲਣੀਆਂ ਪੈ ਰਹੀਆਂ। ਜੇ ਉਹ ਬਾਹਰ ਸੀ ਤਦ ਮੈਨੂੰ ਉਦਾਂ ਸਪੋਰਟ ਨਹੀਂ ਸੀਗੀ, ਅਤੇ ਜੇ ਹੁਣ ਇੱਥੇ ਆ ਤਾਂ ਮੈਨੂੰ ਸਾਰੀ ਦੁਨੀਆ ਵੱਲੋਂ ਸਪੋਰਟ ਨਹੀਂ ਮਿਲਦੀ, ਮੈਨੂੰ ਸਾਰੀ ਦੁਨੀਆ ਹੀ ਮਾੜਾ ਕਹਿੰਦੀ ਰਹਿੰਦੀ ਆ, ਮੈਂ ਪਤਾ ਨਹੀਂ ਕੀ ਕਰ ਦਿੱਤਾ ਹੈ ਇੱਦਾਂ ਦਾ। ਐਕਚੁਅਲ ਦੇ ਵਿੱਚ ਤੂੰ ਗਲਤ ਵੈਸੇ ਕੁਝ ਨਹੀਂ ਕੀਤਾ, ਬਟ ਹੁਣ ਜਿਹੜਾ ਕੰਮ ਤੂੰ ਕਰ ਰਹੀ ਆ ਤਾਂ ਇਹ ਗਾਲਾਂ ਖਾਣ ਵਾਲੀ ਆ ਨਾ, ਦੁਨੀਆ ਨੇ ਤਾਂ ਮਾੜਾ ਕਹਿਣਾ ਹੀ ਆ, ਕਿਉਂਕਿ ਤੁਸੀਂ ਸੁਸਾਈਡ ਤਾਂ ਕੀਤਾ ਹੀ ਨਹੀਂ, ਤੁਸੀਂ ਸੁਸਾਈਡ ਵਾਲੀ ਵੀਡੀਓ ਬਣਾ ਕੇ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ? ਚਲੋ ਜਿਨ੍ਹਾਂ ਨੇ ਤੁਹਾਡੀ ਵੀਡੀਓ ਦੇਖੀ ਉਹਨਾਂ ਨੂੰ ਪਤਾ ਚੱਲ ਜੂ ਕਿ ਤੁਸੀਂ ਅਸਲ ਦੇ ਵਿੱਚ ਕੋਈ ਸੁਸਾਈਡ ਨਹੀਂ ਕੀਤਾ, ਬਟ ਜਿਨ੍ਹਾਂ ਨੇ ਤੁਹਾਡਾ ਥੰਬਨੇਲ ਵੇਖ ਲਿਆ ਉਹਨਾਂ ਨੂੰ ਤਾਂ ਇਹੀ ਹੋਊਗਾ ਨਾ ਕਿ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਫੈਮਿਲੀ ਦੇ ਵਿੱਚ, ਕਿਉਂ ਸੁਸਾਈਡ ਕਰਨ ਲੱਗੀ ਆ। ਤੁਸੀਂ ਖੁਦ ਹੀ ਆਪਣੀ ਉਹ ਵਾਲੀ ਇਮੇਜ ਕ੍ਰੀਏਟ ਕਰਦੇ ਹੋ, ਆਈ ਨੋ ਇਹ ਸਾਰਾ ਕੁਝ ਵਿਊਜ਼ ਦੇ ਲਈ ਆ, ਬਟ ਇੰਨਾ ਨੈਗੇਟਿਵ ਸਾਈਡ ਜਾਣਾ ਇਹ ਵੀ ਠੀਕ ਨਹੀਂ। ਹੁਣ ਕੀ ਹੋ ਗਿਆ, ਕਿਤੇ ਹਾਸਾ ਤਾਂ ਨਹੀਂ ਆਉਣ ਲੱਗ ਪਿਆ? ਅੱਛਾ ਠੀਕ ਆ, ਉਹਨੇ ਫੇਸ ਕਵਰ ਕਰ ਲਿਆ, ਪਤਾ ਨਾ ਚੱਲੇ, ਮੈਨੂੰ ਪੱਕਾ ਪਤਾ ਇਹ ਹੱਸਦੀ ਹੋਊਗੀ ਵਿੱਚ ਵਿੱਚ। ਚੱਲ ਬਸ ਕਰ, ਹੁਣ ਕਰ ਲਾ ਸਟਾਰਟ ਅੱਗੇ ਵੀਡੀਓ। ਇਨ ਛੋਟੇ ਮੋਟੇ ਪ੍ਰੋਗਰਾਮੋਂ ਸੇ ਕਿਤਨਾ ਕਮਾ ਲੇਤੇ ਹੋ। ਮੈਂ ਸਿਰਫ ਆਪਣੀ ਡਾਟਰ ਲਈ ਮਤਲਬ ਸੋਚਦੀ ਹਾਂ ਨਾ, ਮੇਰਾ ਛੋਟਾ ਜਿਹਾ ਬੱਚਾ ਹੈ, ਹਾਂ ਮੈਨੂੰ ਉਹਦੇ ਲਈ ਸਾਰਾ ਕੁਝ ਕਰਨਾ ਪੈਂਦਾ, ਪਰ ਦੁਨੀਆ ਮਤਲਬ ਜੀ ਨਹੀਂ ਦਿੰਦੀ ਹੈਗੀ। ਤੇ ਹੁਣ ਦੁਨੀਆ ਅੱਛਾ ਇਦਾਂ ਹੀ ਕਰਦਾ ਵਾ, ਕਦੀ ਕਦੀ ਉਹ ਪ੍ਰੈਂਕ ਦੇ ਵਿੱਚ ਕਹਿੰਦਾ ਵਾ ਕਿ ਹਨਾ ਇਹ ਜਸਟ ਪ੍ਰੈਂਕ ਆ ਪ੍ਰੈਂਕ ਆ। ਤੇ ਤੂੰ ਉਹਨੂੰ ਕਹਿ ਦੇ ਨਾ ਕਿ ਪ੍ਰੈਂਕ ਕਰਨੇ ਬੰਦ ਕਰ ਦੇ, ਤੂੰ ਖੁਦ ਵੀ ਨਾ ਕਰ, ਤੂੰ ਉਹਨੂੰ ਵੀ ਸਮਝਾ ਲਾ। ਕਦੀ ਕਹੂਗਾ ਤੇ ਮਤਲਬ ਤੇਰੀ ਫੈਮਿਲੀ ਨੇ ਮੈਨੂੰ ਸਪੋਰਟ ਨਹੀਂ ਕੀਤਾ, ਤੇਰੀ ਫੈਮਿਲੀ ਨੇ ਦਿੱਤਾ ਨਹੀਂ ਹੈ ਕੁਛ, ਮਤਲਬ ਦਹੇਜ ਦੀ ਓ ਮਾਈ ਗੋਡ ਕਰਨਾ ਹਨਾ। ਹੁਣ ਵੀ ਕਿੰਨੇ ਦਿਨਾਂ ਤੋਂ ਚੱਲ ਜੇ ਕੰਮ ਤੇ ਨਹੀਂ ਜਾ ਰਿਹਾ, ਹੁਣ ਮੈਨੂੰ ਮਤਲਬ ਸਵੇਰ ਦਾ ਹੀ ਕਹੀ ਜਾਂਦਾ ਵਾ ਕਿ ਹਨਾ
ਵੀ ਆਪਣੇ ਘਰਦਿਆਂ ਨੂੰ ਕਹਿ ਮੇਰਾ ਬਿਜ਼ਨਸ ਸੈਟਅਪ ਕਰਕੇ ਦੇਣ, ਮੇਰਾ ਕੁਛ ਕਰਕੇ ਦੇਣ, ਤੁਸੀਂ ਮੈਨੂੰ ਬਾਹਰ ਵੀ ਨਹੀਂ ਟਿਕਣ ਦਿੱਤਾ, ਤੁਸੀਂ ਹੁਣ ਮੈਨੂੰ ਉਰੇ ਕੋਈ ਕੰਮ ਕਰਕੇ ਦਿਓ, ਮੈਨੂੰ ਨਹੀਂ ਇਹ ਪਤਾ ਕਿਤੇ ਪ੍ਰੈਂਕ ਦੇ ਚੱਕਰ 'ਚ ਸੱਚੀਆਂ ਗੱਲਾਂ ਤਾਂ ਨਹੀਂ ਸਾਹਮਣੇ ਆ ਰਹੀਆਂ? ਹੋ ਸਕਦਾ ਬਾਵਾ ਨੇ ਕਿਹਾ ਹੋਵੇ ਸਾਰਾ ਕੁਝ। ਕੁਛ ਕਰਕੇ ਦੇਣ, ਮੇਰੇ ਪਾਪਾ ਨੇ ਤਾਂ ਮੇਰਾ ਲਾਇਸੈਂਸ ਬਣਾ ਦਿੱਤਾ ਸੀਗਾ, ਅੱਛਾ ਹੁਣ ਤੁਸੀਂ ਕਰੋ ਮੇਰਾ ਜੋ ਕਰਨਾ ਵਾ। ਮੈਂ ਤੁਹਾਡੇ ਸਿਰ ਤੇ ਚੜ ਕੇ ਇੱਥੇ ਆਇਆ ਵਾਂ, ਤੁਹਾਡੇ ਸਿਆਪੇ ਪਾਏ ਹੋਏ ਆ, ਮਤਲਬ ਮੈਨੂੰ ਹੀ ਬੋਲਦਾ ਰਹਿੰਦਾ ਉਹ ਸਾਰਾ ਟਾਈਮ, ਤੇ ਇਸੇ ਕਰਕੇ ਮਤਲਬ ਮੈਨੂੰ ਨਹੀਂ ਲੱਗਦਾ ਤਾਂ ਮੈਂ ਨਾ ਮੈਂ ਹੋਊਂਗੀ ਨਾ ਸਿਆਪਾ ਪਊਗਾ, ਜੇ ਸ਼ਾਇਦ ਮੈਂ ਮਰ ਜਾਵਾਂ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਵੀ ਹੋ ਜਾਵੇ ਕਿ ਹਾਂ ਮਤਲਬ ਮੈਂ ਹੀ ਇਸ ਮਤਲਬ ਸਾਰੀ ਚੀਜ਼ ਦਾ ਸੋਲਿਊਸ਼ਨ ਮੇਰੇ ਤੋਂ ਹੀ ਹੋਊਗਾ ਮੈਨੂੰ ਲੱਗਦਾ ਆ। ਇਹਨੇ ਨਾ ਇੱਕੋ ਵੀਡੀਓ ਦੇ ਵਿੱਚ ਹੀ ਸਾਰਿਆਂ ਦਾ ਕੰਮ ਕਰਤਾ, ਕਿਸੇ ਨੂੰ ਵੀ ਨਹੀਂ ਛੱਡਿਆ। ਮਿਸਟਰ ਬਾਵਾ ਦਾ ਨਾਮ ਲੈਤਾ, ਉਹਦੀ ਫੈਮਿਲੀ ਦਾ ਨਾਮ ਲੈਤਾ, ਤੇ ਉਸ ਤੋਂ ਬਾਅਦ ਵਿੱਚ ਹੁਣ ਆ ਚੁੱਕੀ ਆ ਆਡੀਅੰਸ ਤੇ ਕਿ ਲੋਕ ਤੁਸੀਂ ਮੈਨੂੰ ਇਦਾਂ ਇਦਾਂ ਬੋਲਦੇ ਹੋ ਤੇ ਮੈਂ ਸੁਸਾਈਡ ਅਟੈਂਪਟ ਕਰ ਲੈਂਦੀ ਹਾਂ, ਹੋ ਸਕਦਾ ਤੁਸੀਂ ਮੈਨੂੰ ਇਦਾਂ ਬੋਲਣਾ ਛੱਡ ਦਿਓ। ਦੇਖ ਸੁਸਾਈਡ ਦਾ ਨਾ ਇੱਕ ਵੈਲਿਡ ਰੀਜ਼ਨ ਦੇ, ਇੰਨੇ ਰੀਜ਼ਨਸ ਦੇ ਵਿੱਚ ਹੁਣ ਸਾਨੂੰ ਕੀ ਪਤਾ ਲੱਗੂ ਕਿਹਦੇ ਕਰਕੇ ਜ਼ਿਆਦਾ ਰੀਜ਼ਨ ਤੇਰੇ 'ਤੇ ਕਿਹੜਾ ਹਾਵੀ ਹੋ ਰਿਹਾ ਜਿਹਦੇ ਕਰਕੇ ਤੂੰ ਸੁਸਾਈਡ ਕਮਿਟ ਕਰਨਾ। ਬਸ ਸਾਰਿਆਂ ਨੂੰ ਤੁਹਾਨੂੰ ਸਭ ਨੂੰ ਆਪਣਾ ਆਪਣਾ ਦੇਖਿਆ, ਮੇਰਾ ਬਾਰੇ ਕਿਸੇ ਨੇ ਕਦੀ ਨਹੀਂ। ਨਹੀਂ ਨਹੀਂ ਵੀਡੀਓਜ਼ ਤਾਂ ਹੀ ਪੈਣੀਆਂ ਬੰਦ ਹੋ ਸਕਦੀਆਂ, ਉਮਰ ਕੇ ਵੀਡੀਓਜ਼ ਤਾਂ ਫਿਰ ਵੀ ਪੈਂਦੀਆਂ ਰਹਿਣਗੀਆਂ, ਬਾਵੇ ਨੇ ਕਿੰਨਾ ਚਿਰ ਤੇਰਾ ਖਹਿੜਾ ਹੀ ਨਹੀਂ ਛੱਡਣਾ, ਬਾਅਦ ਵਿੱਚ ਵੀ ਤੇਰੇ ਨੇਮ ਤੋਂ ਹੀ ਵਿਊਜ਼ ਆਉਂਦੇ ਰਹਿਣਗੇ। ਬਾਕੀ ਯਾਰ ਤੁਸੀਂ ਇਹ ਦੇਖੋ ਕਿ ਇਹਨੇ ਸੁਸਾਈਡ ਕਰਨਾ ਵੀ ਨਹੀਂ ਆ, ਫਿਰ ਵੀ ਕਿੰਨਾ ਫਾਲਤੂ ਸਾਰਿਆਂ ਨੂੰ ਬੋਲ ਰਹੀ ਆ, ਹਨਾ? ਇਹ ਸਿਰਫ ਰਿਐਕਟ ਕਰਨ ਵਾਲਿਆਂ ਨੂੰ ਨਹੀਂ ਬੋਲ ਰਹੀ ਕਿ ਜੋ ਇਹਦੀਆਂ ਵੀਡੀਓਜ਼ 'ਤੇ ਰਿਐਕਸ਼ਨ ਜਾਂ ਰੋਸਟ ਕਰਦੇ ਆ, ਇਹ ਆਪਣੀ ਆਡੀਅੰਸ ਨੂੰ ਵੀ ਕਹਿ ਰਹੀ ਆ ਜੋ ਇਹਨਾਂ ਨੂੰ ਕਮੈਂਟਸ ਕਰਦੇ ਆ, ਪਤਾ ਤਾਂ ਸਾਰਾ ਕੁਝ ਇਹਨਾਂ ਨੂੰ ਵੀ ਆ। ਬਟ ਇਹ ਵਾਲੀ ਵੀਡੀਓ ਦੇ ਜ਼ਰੀਏ ਨਾ ਅਸਲ ਵਿੱਚ ਇਹਨਾਂ ਦੀਆਂ ਸੱਚੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਉਹ ਵੀਡੀਓ ਦੇ ਵਿੱਚ ਕੱਟ ਲੱਗ ਗਿਆ, ਨੋਟਬੁੱਕ ਤੇ ਪੈਨ ਲੈ ਕੇ ਆ ਗਈ। ਦੇਖੋ ਸਾਨੂੰ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿ ਤੇਰੀ ਵੀਡੀਓ ਦੇ ਵਿੱਚ ਕੱਟ ਲੱਗਿਆ ਤੇ ਵੀਡੀਓ ਬਾਵੇ ਨੇ ਹੀ ਅਪਲੋਡ ਕੀਤੀ ਆ। ਇਹ ਸੁਸਾਈਡ ਨੋਟ ਵਾਲੀ ਵੀਡੀਓ ਵੀ ਨਾ ਬਾਵੇ ਨੇ ਐਡਿਟ ਕੀਤੀ ਆ, ਨਾਲੇ ਦੇਖ ਲਿਓ ਤੁਸੀਂ ਨੋਟ ਲਿਖਣ ਤੋਂ ਤੁਰੰਤ ਬਾਅਦ ਇਹਨੇ ਸੁਸਾਈਡ ਨਹੀਂ ਕੀਤਾ ਹੋਣਾ, ਵਿੱਚ ਦੀ ਸਾਹ ਵੀ ਲਿਆ ਹੋਣਾ, ਪਾਣੀ ਪੂਣੀ ਪੀਤਾ ਹੋਣਾ, ਅੱਗੇ ਸਕ੍ਰਿਪਟ ਰੈਡੀ ਕੀਤੀ ਹੋਣੀ ਹੈ ਕਿ ਕੀ ਕਰਨਾ ਆਪਾਂ, ਕਿਵੇਂ ਕਿਵੇਂ ਕਰਨਾ। ਸੋ ਇਹ ਲੋਕਾਂ ਨੂੰ ਪਾਗਲ ਬਣਾਉਣ ਦਾ ਬਹੁਤ ਵਧੀਆ ਵੇ ਆ, ਹਨਾ? ਬਟ ਲੋਕਾਂ ਨੂੰ ਤਾਂ ਬਿਲਕੁਲ ਪਤਾ ਨਹੀਂ ਲੱਗਿਆ ਕਿ ਤੂੰ ਉਹਨਾਂ ਨੂੰ ਪਾਗਲ ਬਣਾ ਰਹੀ ਆ। ਮੇਰੀ ਤਬੀਅਤ ਵੀ ਠੀਕ ਨਹੀਂ ਹੈਗੀ ਆ, ਮੇਰੀਆਂ ਮੈਡੀਸਿਨ ਲੈ ਰਹੀਆਂ ਇਹਦੀਆਂ ਵੀ, ਅਤੇ ਮੈਨੂੰ ਹਜੇ ਤੱਕ ਵੀ ਆਰਾਮ ਨਹੀਂ ਪੈ ਰਿਹਾ ਹੈਗਾ, ਡਾਕਟਰ ਨੇ ਮੈਨੂੰ ਬਹੁਤ ਜ਼ਿਆਦਾ ਰੈਸਟ ਦੇ ਲਈ ਦੱਸਿਆ ਹੋਇਆ ਵਾ। ਤੂੰ ਪਹਿਲਾਂ ਸੁਸਾਈਡ ਨੋਟ ਲਿਖ ਲਾ, ਸੁਸਾਈਡ ਨੋਟ ਲਿਖਦੀ ਲਿਖਦੀ ਤਬੀਅਤ ਦੀ ਟੈਨਸ਼ਨ ਪੈ ਗਈ, ਹੁਣ ਜਦੋਂ ਤੂੰ ਮਾਰੀ ਜਾਣਾ ਤਾਂ ਫਿਰ ਤੈਨੂੰ ਤਬੀਅਤ ਦੇ ਨਾਲ ਕੀ ਮਤਲਬ, ਤਬੀਅਤ ਠੀਕ ਹੋਵੇ ਚਾਹੇ ਨਾ ਠੀਕ ਹੋਵੇ। ਅੱਜ ਮੈਂ ਮਤਲਬ ਸਾਰਾ ਕੁਛ ਲਿਖ ਦੇਣਾ ਆ ਕਿ ਹਾਂ ਮੇਰੇ ਨਾਲ ਜੋ ਜੋ ਬੀਤਦੀ ਆ, ਜੋ ਜੋ ਵੀ ਹੁੰਦਾ ਆ, ਹੈ ਨਾ? ਅਤੇ ਮੈਂ ਹਾਂ ਵੀਡੀਓ ਵੀ ਅਪਲੋਡ ਕਰਕੇ ਮਤਲਬ ਜੋ ਵੀ ਕਰੂੰਗੀ ਮਰੂੰਗੀ। ਅੱਛਾ ਠੀਕ ਹੈ, ਕਹਿੰਦੀ ਮੈਂ ਪਹਿਲਾਂ ਸੁਸਾਈਡ ਵਾਲੀ ਵੀਡੀਓ ਅਪਲੋਡ ਕਰੂੰਗੀ, ਉਸ ਤੋਂ ਬਾਅਦ ਵਿੱਚ ਮਰੂੰਗੀ। ਕਿੰਨਾ ਸੌਖਾ ਹਨਾ ਯਾਰ ਇੱਦਾਂ ਕਹਿਣਾ ਕਿ ਮੈਂ ਬਾਅਦ ਵਿੱਚ ਮਰੂੰਗੀ। ਜੇ ਰੀਅਲ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਆ ਜੇ ਨਾ ਤਾਂ ਕੁਝ ਸੋਚਦਾ ਨਹੀਂ ਹੁੰਦਾ ਪਰਸਨ ਨੂੰ, ਮਤਲਬ ਮੇਰੇ ਕਹਿਣ ਦਾ ਕਿ ਚਾਹੇ ਮਾੜੀ ਮੋਟੀ ਸੱਟ ਵੱਜ ਜੇ ਜਾਂ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਜੇ ਜਾਂ ਕੋਈ ਆਪਣੀ ਸਿਹਤ ਖਰਾਬ ਹੋ ਜੇ, ਆਪਾਂ ਨੂੰ ਨਾ ਇਹ ਡਰ ਲੱਗਿਆ ਰਹਿੰਦਾ ਕਿ ਮੈਨੂੰ ਕਦੇ ਕੁਛ ਹੋ ਨਾ ਜਾਵੇ, ਜਲਦੀ ਮੈਨੂੰ ਡਾਕਟਰ ਕੋਲੇ ਲੈ ਜਾਓ, ਜਲਦੀ ਮੇਰਾ ਸਾਰਾ ਕੁਛ ਠੀਕ ਹੋ ਜੇ। ਬਟ ਇਹਨੂੰ ਕਿੰਨਾ ਸੌਖਾ ਕਹਿਣਾ ਕਿ ਮੈਂ ਵੀਡੀਓ ਅਪਲੋਡ ਕਰਕੇ ਮਰੂੰਗੀ। ਜੋ ਮਰਜ਼ੀ ਹੋਵੇ ਮੇਰੇ ਨਾਲ, ਪਰ ਮੈਂ ਅਪਲੋਡ ਜ਼ਰੂਰ ਕਰੂੰਗੀ ਅਤੇ ਮੈਂ ਸਾਰਾ ਕੁਛ ਲਿਖ ਕੇ ਹੀ ਮਰਨਾ ਵਾਂ। ਕਹਿੰਦੀ ਪਰ ਮੈਂ ਅਪਲੋਡ ਜ਼ਰੂਰ ਕਰੂੰਗੀ ਅਤੇ ਸਾਰਾ ਕੁਛ ਲਿਖ ਕੇ ਹੀ ਮਰਨਾ। ਇਹਦੇ ਮੂੰਹ ਵੱਲ ਦੇਖੋ, ਇਹਦਾ ਹਸਣ ਨਿਕਲੀ ਜਾਂਦਾ ਵਿੱਚ ਵਿੱਚ। ਮੈਂ ਕਿੰਨੀ ਪਰੇਸ਼ਾਨ ਰਹੀ ਹਾਂ, ਹਾਂ ਦੂਸਰੇ ਬੰਦੇ ਨੂੰ ਦੇਖ ਦੇਖ ਕੇ ਬੰਦਾ ਕਹਿ ਦਿੰਦਾ ਕਿ ਹਾਂ ਇਹ ਬੜਾ ਖੁਸ਼ ਹੋਣਾ, ਇਹ ਬੜਾ ਠੀਕ ਹੋਣਾ, ਪਰ ਜੋ ਅੰਦਰ ਚੱਲ ਰਿਹਾ ਹੁੰਦਾ ਉਹ ਨਹੀਂ ਪਤਾ ਹੁੰਦਾ ਕਿ ਹਾਂ ਅੰਦਰ ਖਾਤੇ ਬੰਦੇ ਦਾ ਹਾਲ ਕੀ ਆ। ਜੇ ਹੁਣ ਅੰਦਰ ਖਾਤੇ ਤੇਰਾ ਸੱਚੀ ਹਾਲ ਬੁਰਾ ਵੀ ਹੋਇਆ ਨਾ, ਤੈਨੂੰ ਕਿਸੇ ਨੇ ਨਹੀਂ ਪੁੱਛਣਾ, ਕਿਉਂਕਿ ਸਾਰਿਆਂ ਨੂੰ ਲੱਗਣਾ ਕਿ ਮਜ਼ਾਕ ਕਰਦੀ ਆ। ਲੋਕਾਂ ਨੇ ਕਹਿਣਾ ਕਿ ਇਹਨਾਂ ਦਾ ਤਾਂ ਡੇਲੀ ਦਾ ਕੰਮ ਆ, ਇਹਨਾਂ ਵੱਲ ਗੌਰ ਨਾ ਕਰੋ, ਜੇ ਕੋਈ ਮੁਸੀਬਤ ਫਿਊਚਰ ਵਿੱਚ ਤੁਹਾਡੇ ਤੇ ਆ ਵੀ ਗਈ ਤਾਂ।
ਅੱਛਾ, ਐਡੀਟਿੰਗ ਵੀ ਸਿਰਾ ਹੀ ਕਰਦੇ ਆ, ਮਿਊਜ਼ਿਕ ਵੀ ਪਿੱਛੇ ਸਾਈਡ ਲਾਤਾ ਅਤੇ ਨਾਲ ਦੀ ਨਾਲ ਵੀਡੀਓ ਵੀ ਬਲੈਕ ਐਂਡ ਵਾਈਟ ਕਰਤੀ ਆ, ਤਾਂ ਕਿ ਦੇਖਣ ਵਾਲੇ ਨੂੰ ਪੂਰੀ ਫੀਲ ਆਵੇ ਸੈਡ ਫੀਲ ਕਰਨ ਉਹ ਵੀ ਨਾਲ ਨਾਲ। ਇਹ ਕੀ ਸੌਦਾ ਲਿਖੀ ਜਾਂਦੀ ਆ, ਜਲਦੀ ਜਲਦੀ ਲਿਖ, ਨਾਲੇ ਸਾਨੂੰ ਵੀ ਦਿਖਾ ਦੇ ਕੀ ਲਿਖਿਆ। ਬਾਏ ਦਾ ਵੇ, ਬਾਵਾ ਤੇ ਇਹਦੀ ਧੀ ਕਿੱਥੇ ਆ? ਅੱਛਾ ਠੀਕ ਆ, ਉਹ ਚੀਜ਼ੀ ਲੈਣ ਗਏ ਹੋਣਗੇ। ਸਲੋ ਮੋਸ਼ਨ ਵੀ ਲਾਇਆ ਨਾਲ ਨਾਲ। ਲਿਖਤਾ ਹੈ ਗਾਈਸ, ਉਹ ਵੀ ਲਿਖਣਾ ਚਾਹੁੰਦੀ ਸੀਗੀ ਮੈਂ, ਤੇ ਮੈਨੂੰ ਲੱਗਦਾ ਕਿ ਇੰਨਾ ਕੀ ਇਨਫ ਹੋਊਗਾ, ਤੇ ਜਿਹਦੇ ਵਿੱਚ ਮਤਲਬ ਪਤਾ ਲੱਗ ਜਾਊਗਾ ਕਿ ਹਾਂ ਮਤਲਬ ਅਗਲਾ ਬੰਦਾ ਪਰੇਸ਼ਾਨ ਸੀਗਾ। ਮੈਂ ਇਹ ਵੀਡੀਓ ਅਪਲੋਡ ਕਰ ਦੇਣੀ ਆ, ਬਸ ਜੋ ਹੁਣ ਬਣਦਾ ਜੁੜਦਾ ਬਣੇਗਾ, ਬਾਅਦ ਚੋਂ ਮੈਨੂੰ ਕੁਛ ਨਹੀਂ ਪਤਾ ਹੈਗਾ। ਓਕੇ, ਪਹਿਲਾਂ ਵੀਡੀਓ ਸ਼ੂਟ ਕੀਤੀ ਆ, ਸੁਸਾਈਡ ਨੋਟ ਲਿਖਿਆ, ਹੁਣ ਬੈਠ ਕੇ ਵੀਡੀਓ ਨੂੰ ਐਡਿਟ ਕਰੂਗੀ, ਫਿਰ ਵੀਡੀਓ ਨੂੰ ਅਪਲੋਡ ਕਰੂਗੀ। ਅਪਲੋਡ ਕਰਨ ਤੋਂ ਬਾਅਦ ਹਨਾ ਤੁਹਾਡੀ ਫੈਮਿਲੀ 'ਚੋਂ ਤਾਂ ਕਿਸੇ ਨੇ ਦੇਖਣੀ ਨਹੀਂ, ਨਾ ਬਾਵੇ ਨੇ ਦੇਖਣੀ ਆ, ਨਾ ਤੁਹਾਡੀ ਫੈਮਿਲੀ ਨੇ ਦੇਖਣੀ ਆ, ਬਸ ਆਸੇ ਪਾਸੇ ਦੇ ਲੋਕ ਦੇਖ ਲੈਣਗੇ। ਇੰਨਾ ਮੂਰਖ ਨਾ ਬਣਾਇਆ ਕਰੋ ਯਾਰ, ਸਾਰਿਆਂ ਤੋਂ ਪਹਿਲਾਂ ਬਾਵੇ ਨੇ ਇਹ ਵੀਡੀਓ ਦੇਖ ਲੈਣੀ, ਤੈਨੂੰ ਸੁਸਾਈਡ ਕਿੱਥੋਂ ਕਮਿਟ ਕਰਨ ਦੇ ਦੂੰ? ਜਾਂ ਤਾਂ ਇਹ ਕਹਿੰਦੀ ਨਾ ਕਿ ਮੈਂ ਵੀਡੀਓ ਸ਼ੂਟ ਕਰਕੇ ਰੱਖ ਲੈਣੀ ਆ ਸਾਰੀ, ਅਤੇ ਫਿਰ ਬਾਅਦ ਵਿੱਚ ਅਪਲੋਡ ਕਰਾਂਗੇ, ਵੀ ਬਾਅਦ ਵਿੱਚ ਜੇ ਮੈਂ ਰਹੀ ਤਾਂ ਠੀਕ ਆ, ਨਹੀਂ ਤਾਂ ਫਿਰ ਬਾਵਾ ਅਪਲੋਡ ਕਰ ਦੂਗਾ। ਆਪਣੀਆਂ ਗੱਲਾਂ ਦੇ ਵਿੱਚ ਆਪ ਹੀ ਫਸੀ ਜਾਂਦੇ, ਕਿਉਂਕਿ ਇਸ ਵੀਡੀਓ ਦੇ ਵਿੱਚ ਇਹਨੇ ਜਮ੍ਹਾਂ ਸ਼ੋਅ ਨਹੀਂ ਕੀਤਾ ਕਿ ਮੈਂ ਪ੍ਰੈਂਕ ਕਰਨ ਲੱਗੀ ਹਾਂ, ਬਟ ਸਾਫ ਸਾਫ ਪਤਾ ਚੱਲ ਰਿਹਾ ਕਿ ਇਹ ਪ੍ਰੈਂਕ ਕਰੂਗੀ। ਚਲੋ ਵੇਖਦੇ ਹਾਂ ਅੱਗੇ ਕੀ ਕਰਦੀ ਆ। ਕਿ ਮੈਂ ਜ਼ਿਆਦਾ ਕੁਛ ਬੋਲਣਾ ਨਹੀਂ ਚਾਹੁੰਦੀ ਹੈਗੀ, ਮੈਂ ਬਹੁਤ ਜ਼ਿਆਦਾ ਡਿਪਰੈਸਡ ਆ ਕਿ ਮੈਂ ਬੜੀ ਪਰੇਸ਼ਾਨ ਹਾਂ, ਅਤੇ ਮੈਨੂੰ ਹੋਰ ਨਹੀਂ ਲੱਗਦਾ ਹੈਗਾ ਕਿ ਹੋਰ ਕੁਛ ਬੋਲਣਾ ਚਾਹੀਦਾ, ਇੰਨਾ ਹੀ ਨਫ ਹੈਗਾ ਵਾ। ਹਜੇ ਕੁਝ ਬੋਲਣਾ ਨਹੀਂ ਚਾਹੁੰਦੀ, ਸਾਰਾ ਕੁਛ ਤਾਂ ਬੋਲ ਤਾਂ ਰਹਿ ਕੀ ਗਿਆ ਬੋਲਣ ਵਾਲਾ। ਸੰਦੀਪ ਗਿਆ ਹੋਇਆ ਹੈ ਆਪਣੇ ਫਰੈਂਡਸ ਦੇ ਤੇ ਡਾਕਟਰ, ਉਹਦਾ ਨਾਮ ਹੀ ਨਹੀਂ ਲਿਆ। ਮੈਨੂੰ ਤਾਂ ਲੱਗਦਾ ਮੇਰਾ ਕੰਮ ਖਤਮ ਹੋਣਾ ਹੈ, ਕਿਉਂਕਿ ਮੈਂ ਅੱਛਾ ਉਹ ਪਾਰਟੀ ਤੋਂ ਫਰੈਂਡਸ ਦੇ ਨਾਲ ਮੁੜੂਗਾ ਹੀ ਨਾ। ਆਇਆਗਾ ਨਾ ਹੀ ਉਹਦਾ ਕੋਈ ਫੋਨ ਆਇਆ, ਉਹ ਤਾਂ ਬੋਲ ਬੋਲ ਕੇ ਚੱਲ ਗਿਆ ਵਾ। ਕੀਰਤ ਵੀ ਉੱਧਰ ਗਈ ਹੋਈ ਹੈ ਸਵੇਰ ਦੀ, ਅੱਜ ਉਹਦੀ ਦਾਦੀ ਮੰਮਾ ਨੂੰ ਬੁਲਾਇਆ ਸੀਗਾ, ਉਹਨੂੰ ਉਹਦੀ ਸਿਹਤ ਠੀਕ ਨਹੀਂ ਸੀਗੀ ਕੀਰਤ। ਓਕੇ, ਕੀਰਤ ਦਾ ਨਾਮ ਵੀ ਲੈ ਹੀ ਲਿਆ, ਪਹਿਲਾਂ ਸੋਚਿਆ ਕਿ ਕੀ ਬੋਲਾਂ। ਕਹਿਣਗੇ ਕਿ ਹਾਂ ਆਪਣੇ ਅੱਜ ਰਿਗਰੈਕਟ ਹੁੰਦਾ ਪਿਆ ਨਾ, ਵੀ ਹਾਂ ਆਪਣੇ ਜਿਹੜਾ ਤੂੰ ਲਿੱਤਾ ਸੀਗਾ ਫੈਸਲਾ, ਤੇ ਮੈਂ ਨਾ ਉਹਨਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ, ਨਾ ਮੈਂ ਕਿਸੇ ਨੂੰ ਪਰੇਸ਼ਾਨ ਕਰਨਾ ਚਾਹੁੰਦੀ। ਹਾਂ ਰਾਈਟ, ਮੈਂ ਸਿਰਫ ਆਪਣੇ ਆਪ ਤੇ ਲੈ ਕੇ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦੀ ਹਾਂ। ਉਹ ਐਂਡ ਤੇ ਇੱਦਾਂ ਵੀ ਲਿਖਦਾ, ਜੇ ਮੈਂ ਠੀਕ ਰਹੀ ਤਾਂ ਨੈਕਸਟ ਵੀਡੀਓ ਆ ਜਾਊਗੀ 4 ਵਜੇ ਤੱਕ, ਨਾਲੇ ਸੁਸਾਈਡ ਕਰਨਾ, ਤੂੰ ਇਕੱਲੀ ਘਰੇ ਆ ਤੇ ਫਿਰ ਤੂੰ ਠੀਕ ਕਿਵੇਂ ਰਹੇਂਗੀ? ਓਕੇ, ਇਹ ਵੀਡੀਓ ਦੀ ਐਡੀਟਿੰਗ ਕਰਕੇ ਅਪਲੋਡ ਕਰਤੀ ਅਤੇ ਲਿਖਤਾ, ਜੇ ਮੈਂ ਠੀਕ ਰਹੀ ਤਾਂ 4 ਵਜੇ ਤੱਕ ਵੀਡੀਓ ਆ ਜਾਊਗੀ। ਮੈਨੂੰ ਨਹੀਂ ਲੱਗਦਾ ਇਹਨਾਂ ਨੇ 4 ਵਜੇ ਤੱਕ ਵੀਡੀਓ ਪਾਈ ਹੋਊ, ਕਿਉਂਕਿ ਨੈਕਸਟ ਡੇ ਪਾਉਣਗੇ ਨਾ, ਪਹਿਲਾਂ ਇੱਦੇ ਤਾਂ ਚੰਗੀ ਤਰ੍ਹਾਂ ਵਿਊਜ਼ ਇਕੱਠੇ ਹੋ ਜਾਣ।